ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਸਵੇਰੇ ਭਾਰੀ ਮੀਂਹ ਪਿਆ ਤੇ ਮੀਂਹ ਪੈਣ ਦੇ ਕਾਰਨ ਲੋਕਾਂ ਨੂੰ ਮੌਸਮ ਤੋਂ ਥੋੜੀ ਰਾਤ ਮਿਲੀ ਹੈ ਤੇ ਮੌਸਮ ਦੇ ਵਿੱਚ ਵੀ ਕਾਫੀ ਤਬਦੀਲੀ ਆਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਅਤੇ ਕੀ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਜਾਂ ਹਰਿਆਣਾ ਦੇ ਵਿੱਚ ਕੀ ਹੜ੍ਹ ਜਿਹੇ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਇਸ ਬਾਬਤ ਖੁੱਲ ਕੇ ਅਸੀਂ ਜਾਣਕਾਰੀ ਲਵਾਂਗੇ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਨ ਸਿੰਘ ਸਾਡੇ ਨਾਲ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਡਾਇਰੈਕਟਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਸਰ ਸਭ ਤੋਂ ਪਹਿਲਾਂ ਅੱਜ ਹੀ ਦੱਸਿਓ ਵੀ ਦੱਸੋ ਕਿ ਕਿਹੜੇ ਕਿਹੜੇ ਏਰੀਆ ਦੇ ਵਿੱਚ ਅੱਜ ਭਾਰੀ ਮੀਂਹ ਪਿਆ ਜਿਵੇਂ ਚੰਡੀਗੜ੍ਹ ਦੇ ਆਸ-ਪਾਸ ਅਸੀਂ ਏਰੀਆ ਦੇਖੀ ਨੇ ਕਿ ਇੱਥੇ ਬਹੁਤ ਮੀਂਹ ਪਿਆ ਜੀ ਹਾਂ ਬਿਲਕੁਲ ਇਸ ਵਾਰੀ ਜੋ ਬਾਰਿਸ਼ ਹੋਈ ਹੈ ਜੇ ਅਰਲੀ ਮਾਰਨਿੰਗ ਦੇ ਵਿੱਚ ਬਾਰਿਸ਼ ਸਟਾਰਟ ਹੋਈ ਸੀ ਜਿਹੜੀ ਕਿ ਆਪਣੇ ਚੰਡੀਗੜ੍ਹ ਦੇ ਵਿੱਚ ਕਾਫੀ ਜ਼ਿਆਦਾ ਹੋਈ ਚੰਡੀਗੜ੍ਹ ਚ ਬਾਰਿਸ਼ ਜੋ ਹੈ ਉਹ 97 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਉਸ ਤੋਂ ਬਾਅਦ ਅਗਰ ਪੰਜਾਬ ਦੇ ਇਲਾਕੇ ਦੇਖੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਬਾਰਿਸ਼ ਆ ਉਹ ਡਿਸਟ੍ਰਿਕਟ ਰੂਪਰ ਦੇ ਵਿੱਚ ਰਹੀ ਜੋ ਔਰ ਸਾਥਵੇਂ ਜਿਹੜਾ ਮੁਹੱਲੀ ਡਿਸਟ੍ਰਿਕਟ ਆ ਉਹਦੇ ਵਿੱਚ ਵੀ ਬਾਰਿਸ਼ ਰਹੀ ਜਿਹੜੀ ਆਪਨੇ ਬਾਰਿਸ਼ ਹੈ ਮੁਹੱਲੀ ਦੇ ਵਿੱਚ ਬਾਰਿਸ਼ 70 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਔਰ ਆਪਣੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ 106 ਮਿਲੀਮੀਟਰ بارش ਰਿਕਾਰਡ ਕੀਤੀ ਹੈ ਔਰ ਕੋਟਲਾ 95 ਮਿਲੀਮੀਟਰ ਜਿਹੜੀ بارش ਆਬ ਜ਼ਿਆਦਾਤਰ ਜਿਹੜੇ ਇਲਾਕੇ ਸੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਆ ਉਹਨਾਂ ਵਿੱਚ ਹੀ بارش ਹੋਈ ਹੈ ਦਰੋਪੜ ਆਪਣੇ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਬਾਕੀ ਜਿਹੜੇ ਇਲਾਕੇ ਸੀ ਉੱਤੇ ਲਾਈਟ ਟੂ ਮੋਡਰੇਟ بارش ਰਹੀ ਔਰ ਜਿਹੜੇ ਬਾਕੀ ਇਲਾਕੇ ਜਿਹੜੇ ਵੈਸਟਰਨ ਇਲਾਕੇ ਸੀ ਬਠਿੰਡਾ ਔਰ ਦੂਸਰੇ ਇਲਾਕੇ ਜਿਹੜੇ ਆਸ-ਪਾਸ ਪੈਂਦੇ ਆ ਉਹਨਾਂ ਦੇ ਵਿੱਚ ਉਹ بارش ਜਿਹੜਿਆ ਉਹ ਲਗਭਗ ਮੌਸਮ ਜੋ ਡਰਾਈ ਸਾਰਿਆ ਲੇਕਿਨ ਜਿਹੜੇ ਆਉਣ ਵਾਲੇ ਦਿਨਾਂ ਉਹਨਾਂ ਵਿੱਚ ਵੀ ਪੰਜਾਬ ਦੇ ਵਿੱਚ بارش ਹੋਏਗੀ ਉਧਰ ਅਗਰ ਅਸੀਂ ਦੂਸਰੀ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਜਿਹੜਾ ਪੰਚਕੂਲਾ ਅੰਬਾਲਾ ਔਰ ਜਮਨਾ ਨਗਰ ਦੇ ਇਲਾਕੇ ਉੱਥੇ ਹੀ ਲਾਈਟ ਟੂ ਮੋਡਰੇਟ ਬਾਰਿਸ਼ ਹੋਈ ਆ ਸਭ ਤੋਂ ਜ਼ਿਆਦਾ ਜਿਹੜੀ ਬਾਰਿਸ਼ ਆ ਉਹ ਪੰਚਕੁਲਾ ਦੇ ਵਿੱਚ 62 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਮੋਰਨੀ ਹਿੱਲ ਦੇ ਵਿੱਚ 58 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਔਰ ਜੋ ਬਾਕੀ ਇਲਾਕੇ ਸੀਗੇ ਨਨ ਰਿਸਤੰਗ ਡਿਸਟ੍ਰਿਕਟ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਵਿੱਚ ਸਿਰਫ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੀ ਹੋਈ ਜਿਹੜੀ ਫੋਰਕਾਸਟ ਆ ਉਹਦੇ ਵਿੱਚ ਹੈ ਕਿ ਜੋ ਆਉਣ ਵਾਲੇ ਦਿਨਾਂ ਉਹਨਾਂ ਦੇ ਵਿੱਚ ਬਾਰਿਸ਼ ਹੋਣ ਦੀ ਕਾਫੀ ਉਮੀਦ ਹੈਗੀ ਆ ਅੱਜ ਤੋਂ ਲੈ ਕੇ ਮਤਲਬ 6 ਤਰੀਕ ਤੋਂ ਲੈ ਕੇ 10 11 ਤਰੀਕ ਤੱਕ ਜਿਹੜੀ ਹੋ ਸਕਦੀ ਹੈ ਔਰ ਭਾਰੀ ਬਾਰਿਸ਼ ਹੋਣ ਦੀ ਜਿਹੜੀ ਹੈ ਅਸੀਂ ਵਾਰਨਿੰਗ ਇਸ਼ੂ ਕੀਤੀ ਹੋਈ ਹੈ ਜ ਕਿ ਕੋਈ ਅਲਰਟ ਜਾਰੀ ਕੀਤਾ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਹੜ੍ਹ ਜਾਏ ਕਾਰਨ ਵੀ ਬਣ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਮੌਨਸਨ ਆਪਣੇ ਉਥਾਨ ਵੱਲ ਬਦੜਾ हां बिल्कुल जो अਸੀਂ ਆਪਣੇ 6 ਤਰੀਕ ਤੋਂ ਲੈ ਕੇ 9 ਤਰੀਕ ਤੱਕ ਜਿਹੜੀ ਹੈ ਹੈਵੀ بارش ਦੀ ਭਾਰੀ بارش ਦੀ ਵਾਰਨਿੰਗ ਦਿੱਤੀ ਹੋਈ ਹੈ ਜਿਹੜੀ ਬਾਰਿਸ਼ ਆ ਉਹ ਜ਼ਿਆਦਾਤਰ ਜਿਹੜੇ ਆਪਣੇ ਈਸਟਰਨ ਡਿਸਟ੍ਰਿਕਟ ਹੈ ਜਿਹੜੇ ਪੂਰਬੀ ਜ਼ਿਲ੍ਹੇ ਹੈਗੇ ਉਹਨਾਂ ਦੇ ਵਿੱਚ ਜ਼ਿਆਦਾ ਹੋਣ ਦੀ ਪ੍ਰੋਬੈਬਿਲਟੀ ਹੈ ਜਿਹੜੇ ਕਿ ਆਪਣੇ ਪਹਾੜੀ ਇਲਾਕਿਆਂ ਦੇ ਨਾਲ ਖਾਸ ਕਰਕੇ ਲੱਗਦੇ ਆ ਪਠਾਨਕੋਟ ਹੋਇਆ ਅੰਮ੍ਰਿਤਸਰ ਹੁਸ਼ਿਆਰਪੁਰ ਜਲੰਧਰ ਔਰ ਸਾਤ ਦੇ ਵਿੱਚ ਆਪਣੇ ਰੂਪਰ ਡਿਸਟ੍ਰਿਕਟ ਮੁਹਾਲੀ ਡਿਸਟ੍ਰਿਕਟ ਇੱਥੇ ਜ਼ਿਆਦਾ ਬਾਰਿਸ਼ ਜਿਹੜੀ ਹੈ ਹੋਏਗੀ ਬਾਕੀ ਜਿਹੜੇ ਡਿਸਟ੍ਰਿਕਟ ਹੈ ਉਹਨਾਂ ਦੇ ਵਿੱਚ ਲਾਈਟ ਟੂ ਮੋਡਰੇਟ ਬਾਰਿਸ਼ ਜਿਹੜਾ ਉਹ ਚਲਦੀ ਰਹੇਗੀ ਔਰ ਇੱਧਰ ਇਸੇ ਤਰ੍ਹਾਂ ਹੀ ਜਿਹੜੇ ਹਰਿਆਣਾ ਦੇ ਵਿੱਚ ਵੀ ਜਿਹੜੀ ਜ਼ਿਆਦਾ ਰਹੇਗੀ ਬਾਰਿਸ਼ ਹੋਣ ਦੀ ਭਾਰੀ ਬਾਰਿਸ਼ ਹੋਣ ਦੀ ਜਿਹੜੀ ਪ੍ਰੋਬੈਬਿਲਟੀ ਹੈ ਉਹ ਹੈ ਆਪਣੇ ਪੰਚਕੁਲਾ ਅੰਬਾਲਾ ਜਮਨਾ ਨਗਰ ਔਰ ਸਾਤ ਕੁਰਕਸ਼ੇਤਰਾ ਸੋਨੀਪਟ ਪਾਣੀਪਤ ਦੇੜੇ ਇਲਾਕੇ ਆਸ-ਪਾਸ ਦੇ ਇਲਾਕੇ ਇਹਨਾਂ ਦੇ ਵਿੱਚ ਜਿਹੜੀ ਭਾਰੀ ਬਾਰਿਸ਼ ਹੋ ਸਕਦੀ ਹੈ ਇਸੇ ਦੌਰਾਨ ਕਿਉਂਕਿ ਜੋ ਪਹਾੜੀ ਇਲਾਕੇ ਹੈ ਆਪਣੇ ਹਿਮਾਚਲ ਹੋਇਆ ਔਰ ਜੋ ਉਤਰਾਖੰਡਾ ਉੱਥੇ ਵੀ بارش ਹੋਗੀ ਤੇ ਜਦੋਂ ਵੀ ਉੱਥੇ بارش ਹੁੰਦੀ ਹੈ ਉਹਦਾ ਜਿਹੜਾ ਅਸਰ ਹੈਗਾ ਆਪਣੇ ਮੈਦਾਨੀ ਇਲਾਕਿਆਂ ਤੇ ਵੀ ਪੈਂਦਾ ਹੋਆ ਖਾਸ ਕਰਕੇ ਜਿਹੜੇ ਪੰਜਾਬ ਔਰ ਹਰਿਆਣਾ ਦੇ ਇਲਾਕੇ ਬਿਲਕੁਲ ਨਾਲ ਲੱਗਦੇ ਆ ਤੇ ਜਿਹੜੇ ਇਹਨਾਂ ਦੇ ਨਦੀ ਨਾਲੇ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਜਮਨਾ ਨਗਰ ਹੋ ਗਿਆ ਤਾਂ ਜਾਂ ਆਪਣੇ ਜੋ ਸਤਲੁਜ ਔਰ ਬਿਆਸ ਦੇ ਜਿਹੜੇ ਜਲਸਤਰ ਆਪਣੇ ਨਦੀਆਂ ਦੇ ਉਹ ਵੱਧ ਜਾਂਦੇ ਆ ਤੇ ਉਹਨਾਂ ਦੇ ਲਈ ਵੀ ਮਤਲਬ ਜਿਹੜੇ ਹੈਗੇ ਆ ਅਰਬਾਈਜ਼ੇਸ਼ਨ ਇਸ਼ੂ ਕੀਤੀ ਕਿ ਜਿਹੜੇ ਆਮ ਜਨਤਾ ਆ ਉਹ ਨਦੀ ਨਾਲਿਆਂ ਦੇ ਕੋਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਥੋੜੀ ਦੂਰੀ ਬਣਾਈ ਰੱਖਣ ਜਿਵੇਂ ਆਪਾਂ ਦੇਖਿਆ ਕਿ بارش ਚੰਡੀਗੜ੍ਹ ਤੇ ਆਸ-ਪਾਸ ਜਿਵੇਂ ਤੁਸੀਂ ਦੱਸਿਆ ਕਿ ਪਹਾੜੀ ਇਲਾਕਿਆਂ ਦੇ ਨੇੜੇ ਤੇ بارش ਬਹੁਤ ਹੋਈ ਹੈ ਦੁਆਬਾ ਸਾਈਡ ਚੱਲੇ ਜੇ ਮਾਝਾ ਸਾਈਡ ਚੱਲੇ ਜੇ ਥੋੜੀ بارش ਆਮ ਨਾਲੋਂ ਘੱਟ ਹੋਈ ਹੈ ਉੱਥੇ ਤਾਂ ਕੀ ਕਰਨਾ ਉਤੇ ਜਨਰਲੀ ਜਿਸ ਤਰ੍ਹਾਂ ਆਪਣੇ ਜਿਹੜਾ ਪਹਾੜਾਂ ਦਾ ਜਿਹੜਾ ਅਸਰ ਹੈ ਉਹ ਕਾਫੀ ਜਿਆਦਾ ਮਤਲਬ ਜਿਹੜੇ ਨੇੜੇ ਵਾਲੇ ਇਲਾਕਿਆਂ ਦੇ ਵਿੱਚ ਪੈਂਦਾ ਹੈ ਲੇਕਿਨ ਜਿਹੜਾ ਮੌਨਸਨ ਟਰਫ ਜਿਹੜਾ ਇੱਕ ਆਪਣੇ ਮੇਜਰ ਸਿਸਟਮ ਰਹਿਦਾ ਜਨੂੰ ਅਸੀਂ ਵੈਦਰ ਸਿਸਟਮ ਵੀ ਬੋਲੀਦਾ ਹੈ ਕਿ ਮੌਨਸਨ ਟਰਫ ਜਿਹੜਾ ਆਪਣੀ ਨਾਰਮਲ ਪੋਜੀਸ਼ਨ ਤੋਂ ਰਾਈਟ ਨਾ ਸਦਰਨ ਸਾਈਡ ਹੈ ਮਤਲਬ ਸਾਊਥ ਸਾਈਡ ਹੈ ਜਿ ਜੇ ਦੀ ਨਾਰਮਲ ਪੋਜੀਸ਼ਨ ਹੈ ਇਹ ਰਹਿੰਦੀ ਹੈਗੀ ਆਪਣੇ ਗੰਗਾ ਨਗਰ ਤੋਂ ਹਰਿਆਣਾ ਹੁੰਦੇ ਹੋਏ ਆਪਣੇ ਯੂਪੀ ਤੋਂ ਲਖਨਊ ਹੁੰਦੇ ਕਲਕੱਤਾ ਸਾਈਡ ਰਹਿੰਦੀ ਨਾਰਮਲ ਪੋਜੀਸ਼ਨ ਲੇਕਿਨ ਇਹ ਉਹ ਮਤਲਬ ਆਪਣੇ ਨੀਚਲੇ ਇਲਾਕੇਆਂ ਸਾਈਡ ਨੂੰ ਹੈ ਮਤਲਬ Madhya Pradesh ਸਾਈਡ ਨੂੰ ਉਧਰ ਜਿਹੜਾ بارش ਦਾ ਜਿਹੜਾ ਝੁਕਾਓ ਹੈ ਅਜੇ ਬਣਿਆ ਹੋਇਆ ਉਹ ਜ਼ਿਆਦਾਤਰ ਜਿਹੜੇ ਆਪਣੇ ਸਾਊਥ ਸਾਈਡ ਹੈ ਜਿਸ ਤਰ੍ਹਾਂ ਆਪਣਾ ਗੁਜਰਾਤ ਹੋ ਗਿਆ ਆਪ ਮਹਾਰਾਸ਼ਟਰ ਦਾ ਇਲਾਕਾ ਹੈ Madhya Pradesh ਦਾ ਹੈ ਉਧਰ ਜ਼ਿਆਦਾ ਹੈ ਤੇ ਜਿਹੜੇ ਸਾਡੇ ਇਲਾਕੇ ਹੈਗੇ ਆ ਇਧਰ ਪੰਜਾਬ ਹਰਿਆਣਾ UP ਦਾ Rajasthan ਦਾ ਇਲਾਕਾ ਇੱਥੇ ਥੋੜੀ ਜਿਹੀ بارش ਜੜੀ ਅੱਗੇ ਅਜੇ ਘੱਟ ਚੱਲੇ ਸੀ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ بارش ਆ ਉਹ ਵਧੇਗੀ ਤਦ ਨੂੰ ਇੱਕ ਇਹ ਲੱਗਦਾ ਕਿ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਬਾਰਿਸ਼ ਵੱਧ ਸਕਦੀ ਹੈ ਕੀ ਪ੍ਰਬੰਧ ਜਿਹੜੇ ਹੁਣ ਪ੍ਰਸ਼ਾਸਨ ਨੂੰ ਤੁਸੀਂ ਕੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਕਿਹੜੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਅਸੀਂ ਜਿਹੜੀਆਂ ਸਾਡੇ ਬੁਲੇਟਿਨਸ ਰਹਿੰਦੇ ਆ ਆਪਣੇ ਹੈਵੀ ਰੇਨ ਫਾਲ ਦੇ ਬੁਲੇਟਨ ਅਸੀਂ ਡਿਸਟ੍ਰਿਕਟ ਲੈਵਲ ਵਾਰਨਿੰਗ ਇਸ਼ੂ ਕਰੀਦੀ ਹੈ ਆਪਾਂ ਦੇ ਦਿਨ ਦੇ ਲਈ ਅਸੀਂ ਵਾਰਨਿੰਗ ਇਸ਼ੂ ਕਰਦੇ ਹਾਂ ਜੋ ਕਿ ਅਸੀਂ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਹੁੰਦੀ ਜਿਹੜੇ ਆਪਤਾ ਪ੍ਰਬੰਧਕ ਆਪਣੇ ਸਟੇਟ ਦੇ ਹੈ ਡਿਪਾਰਟਮੈਂਟ ਡੋਨਾਂ ਨੂੰ ਅਸੀਂ ਜਿਹੜੀਆਂ ਐਡਵਾਈਸ ਜੀਆਂ ਉਹ ਇਸ਼ੂ ਕੀਤੀਆਂ ਹੋਈਆਂ ਆਪਣੇ ਬੁਲੇਟਨ ਇਸ਼ੂ ਕੀਤੇ ਹਨ ਉਹ ਉਹਨਾਂ ਦੇ ਬੇਸ ਤੇ ਜਿਹੜੀ ਅੱਗੇ ਐਡਵਾਈਸਰੀ ਆਪਣੇ ਜਿਹੜੇ ਹੈ ਜ਼ਿਲ੍ਹਾ ਪ੍ਰਬੰਧਕ ਤੱਕ ਜਿਹੜੀ ਹੈ ਚੰਦੇ ਜਿਸ ਵਾਰੀ ਕਿ ਦਿਸੇਜ ਮੈਂ ਮੌਨਸਨ 29 ਜੂਨ ਨੂੰ ਆ ਗਿਆ ਸੀਗਾ ਉਸ ਤੋਂ ਬਾਅਦ ਰੁਕ ਰੁਕ ਕੇ ਥੋੜੇ ਥੋੜੇ ਦਿਨ ਬਾਅਦ ਬਾਰਿਸ਼ ਵੀ ਹੁੰਦੀ ਰਹੀ ਹੈ ਹਿਊਮਿਡਿਟੀ ਬਹੁਤ ਵਧੀ ਹੋਈ ਸੀਗੀ ਜੇ ਕੱਲ ਵੀ ਦੇਖੀਏ ਪਰਸੋਂ ਵੀ ਦੇਖੀਏ ਇਸ ਦਾ ਕੀ ਕਾਰਨ ਹੈ ਕਿ ਨਾਲ ਨਾਲ ਮੀਂਹ ਵੀ ਪੈ ਰਿਹਾ ਹਿਊਮਿਡਿਟੀ ਬਹੁਤ ਜ਼ਿਆਦਾ ਹਾਂ ਜਦੋਂ ਮੌਨਸੂਨ ਸੀਜ਼ਨ ਸਟਾਰਟ ਹੁੰਦਾ ਤੇ ਉਸੇ ਨਾਲ ਹੀ ਜਿਹੜੀ ਹਿਊਮਿਡਿਟੀ ਲੈਵਲ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਜਦੋਂ ਆਪਣੇ ਜਿਹੜੇ ਇਲਾਕੇ ਹੈਗੇ ਆ ਆਪਣੇ ਨਾਰਥਰਨ ਸਾਈਡ ਆ ਜਿਸ ਚ ਪੰਜਾਬ ਹਰਿਆਣਾ ਇਲਾਕਾ ਇਹਦੇ ਵਿੱਚ ਪੂਰਬੀ ਹਵਾਵਾਂ ਚੱਲਦੀਆਂ ਜੋ ਕਿ ਬੇਅਬ ਬੰਗਾਲ ਦੀ ਸਾਈਡ ਤੋਂ ਆਉਂਦੀਆਂ ਜੋ ਕਿ ਮੌਇਸਚਰ ਲੈ ਕੇ ਆਉਂਦੀਆਂ ਮਤਲਬ ਹਵਾ ਦੇ ਵਿੱਚ ਨਮੀ ਦੀ ਮਾਤਰਾ ਰਹਿੰਦੀ ਤੇ ਹਿਊਮਿਡਿਟੀ ਰਹਿੰਦੀ ਆ ਅਗਰ ਅਸੀਂ ਹੁਣ ਵੀ ਦੇਖੀਏ ਤਾਂ ਜਿਹੜੀ ਹਿਊਮਿਡਿਟੀ ਦਾ ਲੈਵਲ ਆ ਜਿਸ ਤਰ੍ਹਾਂ ਅਗਰ ਕੱਲ ਦੀ ਹਿਊਮਿਡਿਟੀ ਦੇਖੀਏ ਤਾਂ 670 ਚੱਲੇ ਸੀ ਲੇਕਿਨ ਹੁਣ ਅਗਰ ਅਸੀਂ ਹਿਊਮਿਡਿਟੀ ਦੇਖੀਏ ਤਾਂ ਉਸ ਤੋਂ ਵੀ ਜ਼ਿਆਦਾ ਹੈ ਮਤਲਬ 80 ਤੋਂ ਲੈ ਕੇ 90 ਦੇ ਪਰਸੈਂਟ ਦੇ ਵਿੱਚ ਹਿਮੀਡਿਟੀ ਚੱਲੇ ਜਦੋਂ ਬਾਰਿਸ਼ ਹੁੰਦੀ ਹੈ ਤਾਂ ਲਗਭਗ 100 ਪਰਸੈਂਟ ਜਿਹੜੀ ਹਿਮੀਡਿਟੀ ਆ ਹੁੰਦੀ ਹੈ ਲੇਕਿਨ ਜਿਹੜਾ ਹਿਮੀਡਿਟੀ ਦੇ ਦਾ ਸੰਬੰਧ ਹੈ ਮਤਲਬ ਜੋ ہمارے ਅੰਜੋ ਸਾਨੂੰ ਪ੍ਰਭਾਵਿਤ ਕਰਦਾ ਹੈ ਉਹਦਾ ਤਾਪਮਾਨ ਦੇ ਨਾਲ ਸੰਬੰਧ ਹੈ ਜਦੋਂ ਤਾਪਮਾਨ 35 ਡਿਗਰੀ ਤੋ ਜਿਆਦਾ ਹੁੰਦੀ ਔਰ ਹਿਊਮਿਡਿਟੀ ਜਿਹੜੀ ਆ ਉਹ ਜਿਆਦਾ ਹੁੰਦੀ ਆ ਤੇ ਫੇ ਸਾਨੂੰ ਉਹ ਇਫੈਕਟ ਕਰਦੀ ਆ ਅਸੀਂ ਮਤਲਬ ਅਨਕੰਫਰਟ ਜਿਹੜੇ ਫੀਲ ਕਰਦੇ ਆ ਜਦੋਂ ਤਾਪਮਨ ਜਿਹੜੇ 30 ਡਿਗਰੀ ਜਾਂ ਤੋਂ ਥੱਲੇ ਚਲੇ ਜਾਂਦੇ ਫੇ ਹਿਊਮਿਡਿਟੀ ਜਿੰਨੀ ਮਰਜ਼ੀ ਹੋਵੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਜਿੰਨੀ ਮਰਜ਼ੀ ਹੋਵੇ ਉਹ ਸਾਨੂੰ ਇਫੈਕਟ ਨਹੀਂ ਕਰਦੀ ਲੇਕਿਨ ਜਿਹੜੀ ਹਿਊਮਿਡਿਟੀ ਹੈ ਉਹ ਜਦੋਂ 35 ਡਿਗਰੀ ਜਾਂ ਤੋਂ ਜ਼ਿਆਦਾ ਟੈਂਪਰੇਚਰ ਰਹਿੰਦੇ ਤਾਪਮਨ ਜਿਆਦਾ ਰਹਿੰਦੇ ਆ ਤੇ ਫੇ ਉਹ ਸਾਨੂੰ ਬਹੁਤ ਪ੍ਰਭਾਵਿਤ ਕਰਦੀ ਆ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਜੇ ਮੈਂ ਹਿਮੀਡਿਟੀ ਨੂੰ ਲੈ ਕੇ ਗੱਲ ਕਰੀਏ ਕਿਉਂਕਿ ਲੋਕ ਇਸ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਕਿ ਗਰਮੀ ਬਹੁਤ ਜ਼ਿਆਦਾ ਹੈ ਲੋਕ ਬਹੁਤ ਬੁਰਾ ਹਾਲ ਹੋ ਜਾਂਦਾ ਹੈ हां बिल्कुल ਜਿਹੜੀ ਹਿਮੀਡਿਟੀ ਹੈ ਇਹ ਆਪਣੇ ਜਿਹੜਾ ਜਿਹੜੀ ਮੌਨਸੂਨ ਦੀ ਮੇਨ ਬਾਰਿਸ਼ ਹੁੰਦੀ ਹੈ ਜੁਲਾਈ ਔਰ ਅਗਸਤ ਮਹੀਨਿਆਂ ਦੇ ਵਿੱਚ ਹੁੰਦੀ ਹੈ ਤੇ ਜਿਹੜੇ ਜੁਲਾਈ ਔਰ ਅਗਸਤ ਦੇ ਮਹੀਨੇ ਆ ਦੋਨਾਂ ਮਹੀਨਿਆਂ ਦੇ ਵਿੱਚ ਹਿਮੀਡਿਟੀ ਦਾ ਲੈਵਲ ਜਿਹੜਾ ਉਹ ਹਾਇਰ ਸਾਈਡ ਤੇ ਹੀ ਰਹੇਗਾ ਲੇਕਿਨ ਜਦੋਂ ਬਾਰਿਸ਼ ਹੋਏਗੀ ਤਾਪਮਾਨ ਘਟੇ ਰਹਿਣਗੇ ਤਾਂ ਫਿਰ ਉਹਦਾ ਇਫੈਕਟ ਨਹੀਂ ਹੋਏਗਾ ਜਦੋਂ ਵੈਦਰ ਕਲੀਅਰ ਹੋਏਗਾ ਧੁੱਪ ਰਹੇਗੀ ਹਿਮੀਡਿਟੀ ਹੋਰ ਵਧੇਗੀ ਕਿਉਂਕਿ ਜਦੋਂ ਆ ਹੁਣ ਬਰਸਾਤਾਂ ਹੋ ਰਹੀਆਂ ਪਾਣੀ ਜਿਹੜੇ ਗਿਆ ਆਪਣੇ ਖੇਤਾਂ ਵਿੱਚ ਜਾਂ ਆਪਣੇ ਤਲਾਬ ਵਿੱਚ ਉਹ ਰਹਿੰਦੇ ਆ ਪਾਣੀ ਦਾ ਮਤਲਬ ਜਿਹੜਾ ਸਰੋਤ ਰਹਿੰਦਾ ਹੈ ਤੇ ਜਦੋਂ ਆਪਣੀ ਧੁੱਪ ਨਿਕਲਦੀ ਆ ਤਾਂ ਉਹਦੇ ਦੇ ਨਾਲ ਅਵੇਪਰੇਸ਼ਨ ਦੇ ਨਾਲ ਹਿਊਮਿਡਿਟੀ ਵਧਦੀ ਹੈ ਤੇ ਉਹ ਫਿਰ ਸਾਨੂੰ ਕਾਫੀ ਜ਼ਿਆਦਾ ਇਫੈਕਟ ਕਰਦੀ ਹੈ ਲੇਕਿਨ ਜਦੋਂ ਮੀਂਹ ਪੈਂਦਾ ਰਹੇਗਾ ਜਾਂ ਟੈਂਪਰੇਚਰ ਤਾਪਮਾਨ ਤਾਪਮਾਨ ਜਿਹੜਾ ਹੈ ਉਹ ਘਟ ਰਿਹਾਗਾ ਤੇ ਫਿਰ ਸਾਨੂੰ ਉਹਦਾ ਹਿਊਮਿਡਿਟੀ ਦਾ ਅਸਰ ਨਹੀਂ ਹੋਏਗਾ ਜੀ ਮਿਸਰ 29 ਜੂਨ ਨੂੰ ਮੌਸਮ ਆ ਗਿਆ ਸੀਗਾ ਤੇ ਉਹਦੀ ਜੇ ਦਿਖੇ ਜੀ ਵੀ ਸਪੀਡ ਸਹੀ ਚੱਲ ਰਹੀ ਹੈ ਜਿਵੇਂ ਮੀਂਹ ਦੀ ਆਪਾਂ ਗੱਲ ਕਰੀਏ ਵੀ ਮੀਂਹ ਸਹੀ ਪੈ ਰਹੇ ਨੇ ਆਪਣੀ ਜੋ ਮੌਨਸਨ ਦੇ ਵਿੱਚ ਮੀਂਹ ਜਿੰਨੇ ਕ ਮੀਂਹ ਪੈਂਦੇ ਨੇ ਜਿੰਨਾ ਕਿ ਤੁਸੀਂ ਅਨੁਮਾਨ ਲਾਇਆ ਵੀ ਉਹਦੇ ਅਕੋਰਡਿੰਗ ਹੀ ਚੱਲ ਰਿਹਾ ਸਾਰਾ ਸਿਸਟਮ ਹਾਂ ਬਿਲਕੁਲ ਇਸ ਵਾਰੀ ਜ ਪਹੁੰਚ ਗਿਆ ਸੀ ਔਰ ਜਿਹੜੀ ਬਾਰਿਸ਼ ਆ ਜੇ ਦੇਖੀਏ ਤਾਂ ਜਿਹੜੀ ਬਾਰਿਸ਼ ਆ ਉਹ ਨੋਰਮਲ ਚੱਲ ਰਹੀ ਆ ਖਾਸ ਕਰਕੇ ਜੋ ਪੰਜਾਬ ਦੇ ਵਿੱਚ ਦੇਖੀਏ ਤਾਂ ਨੋਰਮਲ ਬਾਰਿਸ਼ ਆ ਜਿਹੜੇ ਹਰਿਆਣਾ ਦੇ ਵਿੱਚ ਕੁਝ ਇੱਕ ਡਿਸਟ੍ਰਿਕਟ ਆ ਖਾਸ ਕਰਕੇ ਜਿਹੜੇ ਵੈਸਟਰਨ ਡਿਸਟ੍ਰਿਕਟਸ ਹੈਗੇ ਉੱਥੇ ਜਿਹੜੀ ਬਾਰਿਸ਼ ਆ ਉਹ ਥੋੜੀ ਘੱਟ ਚੱਲ ਰਹੀ ਆ ਤੇ ਹਿਮਾਚਲ ਦਾ ਵੀ ਥੋੜਾ ਦੱਸ ਸਕਦੇ ਹੋ ਜਿਵੇਂ ਕੁੱਲੂ ਦੇ ਵਿੱਚ ਅਜ ਬੱਦਲ ਵੀ ਫਟਿਆ ਕਿ ਉੱਥੋਂ ਦਾ ਮੌਸਮ ਕਿਸ ਤਰ੍ਹਾਂ ਰਹਿਣ ਵਾਲਾ ਕੁਝ ਅਜਿਹੀ ਜਾਣਕਾਰੀ ਤੁਹਾਡੇ ਕੋਲ ਹਾਂਜੀ ਬਿਲਕੁਲ ਜਿਸ ਤਰ੍ਹਾਂ ਸਾਡੀ ਕੀ ਜਿਹੜੀ ਫੋਰਕਾਸਟ ਹੈ ਉਹ ਦਿੱਲੀ ਤੋਂ ਪੂਰੇ ਕੰਟਰੀ ਦੇ ਲਈ ਫੋਰਕਾਸਟ ਇਸ਼ੂ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਹੈ ਕਿ ਜੋ ਹਿਮਾਚਲ ਦਾ ਇਲਾਕਾ ਹੈ ਉੱਤਰਾਖੰਡ ਦਾ ਇਲਾਕਾ ਹੈ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਮੋਸਟ ਪਲੇਸਸ ਹੋ ਸਕਦੀ ਹੈ ਔਰ ਨਾਲ ਹੀ ਜਿਹੜੀ ਹੈਗੀ ਹੈ ਵਾਰਨਿੰਗ ਵੀ ਇਸ਼ੂ ਦਿੱਤੀ ਹੋਈ ਹੈ ਕਿ ਹੈਵੀ ਬਾਰਿਸ਼ ਜਿਹੜੀ ਹੈਗੀ ਆ ਉਹ ਹੋ ਸਕਦਾ ਦੀ ਹੈ اور ਜੋ ਆਪਣੇ ਕਲਾਉਡ ਵਸ ਟਾਈਪ ਦੀ ਜਿਹੜੀਆਂ ਘਟਨਾਵਾਂ ਉਹਨਾਂ ਦੇ ਹੋਣ ਦੇ ਵੀ ਚਾਂਸ ਬਣੇ ਰਹਿਣਗੇ ਜੋ ਮੌਸਮ ਨੂੰ ਦੇਖ ਕੇ ਤੁਸੀਂ ਲੋਕਾਂ ਨੂੰ ਜੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਉਹ ਕਿ ਕਿਸ ਤਰ੍ਹਾਂ ਲੋਕ ਧਿਆਨ ਰੱਖਣ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਲੋਕ ਪਹਾੜਾਂ ਵੱਲ ਬਹੁਤ ਸਫ਼ਰ ਕਰਦੇ ਨੇ ਘੁੰਮਣ ਬਹੁਤ ਜਾਂਦੇ ਨੇ ਹਾਂ ਬਿਲਕੁਲ ਜਿਸ ਤਰ੍ਹਾਂ ਆਪਣੇ ਬਰਸਾਤ ਹੁੰਦੀ ਹੈ ਖਾਸ ਕਰਕੇ ਜਦੋਂ ਮੀਂਹ ਪੈ ਰਿਹਾ ਹੁੰਦਾ ਤਾਂ ਜਿਹੜੀ ਹਿਊਮਿਡਿਟੀ ਦਾ ਸੌਰੀ ਜੋ ਵਿਜ਼ਿਬਿਲਟੀ ਹੈ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਤੇ ਉਦੋਂ ਜਦੋਂ ਤੁਸੀਂ ਡਰਾਈਵ ਕਰਦੇ ਆ ਜਦੋਂ ਆਮ ਜਨਤਾ ਡਰਾਈਵ ਕਰਦੀ ਆ ਉਹ ਥੋੜਾ ਕੇਅਰਫੁਲੀ ਡਰਾਈਵ ਕਰੇ ਔਰ ਜੋ ਆਪਣੇ ਕਾਫੀ ਟ੍ਰੈਂਡ ਹੈ ਜਿੱਦਾਂ ਪੰਜਾਬ ਹਰਿਆਣਾ ਦਿੱਲੀ ਤੋਂ ਲੋਕ ਜਿਹੜੇ ਹੈਗੇ ਆ ਆਪਣੇ ਪਹਾੜਾਂ ਦਾ ਵੀ ਰੁੱਖ ਕਰਦੇ ਆ ਖਾਸ ਕਰਕੇ ਵੀਕਐਂਡ ਦੇ ਜਿਹੜੇ ਕਾਫੀ ਕੋ ਮਨ ਜਾਂਦੇ ਆ ਤੇ ਉਹ ਜਦੋਂ ਆਪਣੇ ਕੋ ਮਨ ਜਾਂਦੇ ਤਾਂ ਉਹ ਆਪਣੇ ਡਰਾਈਵ ਦਾ ਵੀ ਧਿਆਨ ਰੱਖਣ ਕਿਉਂਕਿ ਰਸਤੇ ਦੇ ਵਿੱਚ ਨੈਸ਼ਨਲ ਹਾਈਵੇ ਜਦੋਂ ਬਰਸਾਤ ਹੁੰਦੀ ਤਾਂ ਲੈਂਡਸਲਾਈਡ ਦੀਆਂ ਘਟਨਾਵਾਂ ਜਿਹੜੀਆਂ ਗਿਆ ਉਹ ਬਹੁਤ ਹੁੰਦੀਆਂ ਤੇ ਉਹ ਉਹਨਾਂ ਚੀਜ਼ਾਂ ਦਾ ਵੀ ਉਹ ਧਿਆਨ ਰੱਖਣਾ ਔਰ ਜਦੋਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਕੇ ਵੀ ਜਿਹੜੀ ਆਪਣੀ ਵਾਹिकल्स ਐ ਕਾਰਾਂ ਐ ਜਾਂ ਜੋ ਵੀ ਆਪਣੇ ਲੈ ਕੇ ਗਏ ਐ ਉਹਨਾਂ ਨੂੰ ਸੇਫ ਜਗ੍ਹਾ ਤੇ ਜਾਂ ਜਿਹੜੀ ਪਾਰਕਿੰਗ ਬਣਾਈ ਹੋਈ ਹੈ ਗਵਰਨਮੈਂਟ ਨੇ ਉੱਥੇ ਪਾਰਕ ਕਰਨ ਕਿਉਂਕਿ ਅ ਕਈ ਵਾਰੀ ਜਿਹੜਾ ਹੈਗਾ ਲੈਂਡਸਲਾਈਡ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਚਿਲਣਾ ਪੈਂਦਾ ਔਰ ਸਾਥ ਵਿੱਚ ਜਦੋਂ ਬਰਸ ਬਾਰਿਸ਼ ਦੇ ਦੌਰਾਨ ਮਤਲਬ ਜਿਹੜੇ ਨਦੀ ਨਾਲੇ ਉਹਨਾਂ ਦਾ ਵੀ ਕਾਫੀ ਜਲਸਟ੍ਰੋ ਜਿਹੜਾ ਹੈਗਾ ਉਹ ਵਧ ਜਾਂਦਾ ਹੈਗਾ ਤੇ ਨਦੀ ਨਾਲਿਆਂ ਤੋਂ ਜਿਹੜੀ ਹੈਗੀ ਆ ਉਹ ਦੂਰੀ ਬਣਾਏ ਰੱਖਣ ਔਰ ਆਪਣਾ ਧਿਆਨ ਰੱਖ ਕਿ 11 ਜੁਲਾਈ ਤੱਕ ਤਾਂ ਤੁਸੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਹਰੇਕ ਪ੍ਰਸ਼ਾਸਨ ਨੂੰ ਵੀ ਹਰੇਕ ਕੀਤੇ ਕਿਹਾ ਹੋਇਆ 11 ਤੋਂ ਬਾਅਦ ਵੀ ਇਹ ਕਿ ਮੀਂਹ ਪੈਣ ਦੇ ਅਸਾਰ ਨੇ ਜਾਂ ਉਦੋਂ ਮੌਸਮ ਨਾਰਮਲ ਹੋ ਜਾਏਗਾ ਹਾਂ ਜਿਸ ਤਰ੍ਹਾਂ ਜਿਹੜੀ ਸਾਡੀ ਜਿਹੜੀ ਫੋਰਕਾਸਟ ਹੁੰਦੀ ਹੈ ਜਿਹੜੀ ਮਾਡਲ ਅਸੀਂ ਜਿਹੜੀ ਫੋਰਕਾਸਟ ਹੈ ਉਹ 5 ਦਿਨ ਦੇ ਲਈ ਡਿਸਟ੍ਰਿਕਟ ਲੈਵਲ ਅਸੀਂ ਫੋਰਕਾਸਟ ਇਸ਼ੂ ਕਰੀਦੀ ਹੈ ਜੋ ਕਿ ਮਾਡਲ ਫੋਰਕਾਸਟ ਹੈ ਉਹ ਸਾਡੀ 10 ਦਿਨ ਦੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਇੱਕ ਵੀਕਲੀ ਫੋਰਕਾਸਟ ਵੀ ਹੁੰਦੀ ਜੋ ਕਿ 4 ਵੀਕ ਦੇ ਲਈ ਫੋਰਕਾਸਟ ਹੁੰਦੀ ਹੈ 28 ਦਿਨਾਂ ਦੀ ਫੋਰਕਾਸਟ ਹੁੰਦੀ ਹੈ ਅਗਰ ਅਸੀਂ 10 ਦਿਨ ਦੀ ਫੋਰਕਾਸ ਦੇਗੇ ਤੇ ਆਉਣ ਵਾਲੇ ਜਿਹੜੇ ਦਿਨ ਹੈਗੇ ਆ ਉਹਨਾਂ ਦੇ ਵਿੱਚ ਚਾਰ ਪੰਜ ਦਿਨ ਤਾਂ ਜਿਹੜੀ ਜ਼ਿਆਦਾ ਬਾਰਿਸ਼ ਆ ਫਿਰ ਉਸ ਤੋਂ ਬਾਅਦ ਥੋੜੀ ਬਾਰਿਸ਼ ਦੀ ਉਹ ਕਮੀ ਰਹੇਗੀ ਲੇਕਿਨ ਬਿਲਕੁਲ ਡਰਾਈ ਵੈਦਰ ਨਹੀਂ ਰਹੇਗਾ ਥੋੜੀ ਥੋੜੀ ਬਾਰਿਸ਼ ਜਿਹੜੀ ਆ ਉਹ ਚਲਦੀ ਰਹੇਗੀ ਬਿਲਕੁਲ ਧੰਨਵਾਦ ਸਰ ਸੱਟ ਨਾਲ ਗੱਲ ਕਰਨ ਦੇ ਲਈ ਇਹ ਹਨ ਮਨਮੋਹ ਸਿੰਘ ਮੌਸਮ ਵਿਭਾਗ ਦੇ ਡਾਇਰੈਕਟਰ ਤੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ 11 ਤਰੀਕ ਤੱਕ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਬਾਰਿਸ਼ ਜ਼ਿਆਦਾ ਹੋਣ ਵਾਲੀ ਹੈ ਤੇ ਇਹਨਾਂ ਨੇ ਲੋਕਾਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਤੇ ਨਾਲ ਹੀ ਅਲਰਟ ਵੀ ਜਾਰੀ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਕਿ ਲੋਕ ਘਰਾਂ ਦੇ ਵਿੱਚ ਹੀ ਰਹਿਣ ਜ਼ਿਆਦਾ ਸਫ਼ਰ ਨਾ ਕਰਨ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤੇ ਨਾਲ ਹੀ ਮੌਨਸੂਨ ਜਿਹੜਾ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੌਨਸੂਨ ਆਪਣੀ ਸਹੀ ਰਫ਼ਤਾਰ ਦੇ ਨਾਲ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਪੈਂਦੇ ਰਹਿਣਗੇ ਕੈਮਰਾਮੈਨ ਸੰਦੀਪ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ